ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ 11/12/2019 ਦੀ ਦਰਮਿਆਨੀ ਰਾਤ ਨੂੰ ਪੁਰਸ਼ੋਤਮ ਲਾਲ ਉਤਰਾਮ ਸਰਾਜ ਆੜ੍ਹਤੀ ਆ ਜੋ ਗ੍ਰਿਡ ਕਲੋਨੀ 'ਚ ਰਹਿੰਦੇ ਆ ਉਹ ਜੋ ਸਵੇਰੇ 4:45 ਸੈਰ ਕਰਨ ਲਈ ਬਾਹਰ ਨਿਕਲਿਆ ਔਰ ਆਪਣੇ ਬਾਹਰਲਾ ਦਰਵਾਜ਼ਾ ਜਿਹੜਾ ਗਲੀ ਦਾ ਦਰਵਾਜ਼ਾ ਸੀ ਉਹਨੂੰ ਗੇਟ ਨੂੰ ਤਾਲਾ ਲਾ ਕੇ ਘਰੋਂ ਚਲਾ ਗਿਆ। ਘਰ ਦੇ ਵਿੱਚ ਉਹਦੀ ਵਾਈਫ ਉਹਦੇ ਬੱਚੇ ਸਾਰੇ ਜਿਹੜਾ ਪਰਿਵਾਰ ਸੁੱਤਾ ਹੋਇਆ ਸੀ ਤਾਂ ਜਦੋਂ ਉਹਨੇ ਵਾਪਸ ਆ ਕੇ ਦੇਖਿਆ ਤਾਂ ਬਾਹਰਲਾ ਤਾਲਾ ਟੁੱਟਿਆ ਹੋਇਆ ਸੀ। ਜਿਹੜਾ ਉਹਦੀ ਕੋਠੀ ਦੇ ਅੰਦਰ ਕਮਰੇ ਦਾ ਦਰਵਾਜ਼ਾ ਸੀ ਉਹ ਖੁੱਲ੍ਹਾ ਛਿੜ ਕੇ ਗਿਆ ਹੋਇਆ ਸੀ। ਜਦੋਂ ਅੰਦਰ ਵੜਿਆ ਤਾਂ ਉਹਨੇ ਦੇਖਿਆ ਕਿ ਜਿਹੜਾ ਸਟੋਰ ਸੀ ਕਮਰਿਆਂ ਦੇ ਨਾਲ ਸਟੋਰ ਦੇ ਵਿੱਚ ਅਲਮਾਰੀ ਲੋਹੇ ਦੀ ਗੌਂਡਰੀ ਦੀ ਅਲਮਾਰੀ ਪਈ ਸੀ ਟੁੱਟੀ ਪਈ ਸੀ ਉਹ ਅਲਮਾਰੀ ਟੁੱਟੀ ਹੋਈ ਸੀ। ਉਹਨੇ ਦੇਖਿਆ ਉੱਥੇ ਦਾ ਜਿਹੜਾ ਕੁਛ ਗਹਿਣੇ ਬਹੁਤ ਨੰਗੀ ਸੀ ਉਹ ਜਿਹੜੀ ਉੱਥੋਂ ਪੈਰ ਸੀ। ਇੱਧਰ ਉਹ ਦੇਖਿਆ ਹੋਰ ਵੀ ਸਮਾਨ ਖੁੱਲ੍ਹਿਆ ਹੋਇਆ ਸੀ ਤਾਂ ਜਦੋਂ ਉਹਨੇ ਸਾਰਾ ਇਹ ਦੇਖਿਆ ਤਾਂ ਲਗਭਗ ਉਹਨਾਂ ਦਾ 38 ਤੋਲੇ ਸੋਨਾ ਔਰ 1 ਲੱਖ ਔਰ ਕੁਛ ਰੁਪਏ ਜਿਹੜਾ ਕੈਸ਼ ਸੀ ਉਹ ਗਏ ਸੀ। ਔਰ ਇਹ ਜਿਹੜਾ ਘਟਨਾ ਹੈ ਲਗਭਗ 25-30 ਮਿੰਟ ਦੇ ਵਿੱਚ ਵਿੱਚ ਜਿਹੜੀ ਹੈ ਕਿਉਂਕਿ 4:30 ਵਜੇ ਵਾਪਸ ਘਰ ਨੂੰ ਆ ਗਏ ਸੀ ਜਿਸ ਦੀ ਦਲਾਹ ਉਹਨਾਂ ਨੇ ਥਾਣਾ ਮੁਕਰੇ ਸੱਚੋ ਅਕਾਦਮੀ ਸਿੰਘ ਨੂੰ ਦਿੱਤੀ। ਅਕਾਦਮੀ ਸਿੰਘ ਮਾਮਲਾ ਸਾਡੇ ਧਿਆਨ 'ਚ ਲੈਂਦਾ ਅਸੀਂ ਸੀਨੀਅਰ ਅਫਸਰ ਦੇ ਧਿਆਨ 'ਚ ਲਿਆ ਕੇ ਇਹ 'ਤੇ ਮੁਕੱਦਮਾ ਦਰਜ ਕੀਤਾ ਪੁਰਸ਼ੋਤਮ ਲਾਲ ਜੀ ਦੇ ਬਿਆਨ 'ਤੇ FIR No. 109 3/12/1919 ਅਧੀਨ ਧਾਰਾ 380-457 APC ਦੌਰਾਨੇ ਤਫਤੀਸ਼ ਮੁਦਈਆਂ ਦੇ ਸਹਿਯੋਗ ਨਾਲ ਔਰ ਸ਼ਹਿਰ ਵਾਸੀਆਂ ਦੇ ਜਿਹੜਾ ਸਹਿਯੋਗ ਨਾਲ ਸਾਨੂੰ ਕੈਮਰੇ ਦੀ ਫੁਟੇਜ ਮਿਲੀ ਅਤੇ ਮੇਰੀ ਪੁਲਿਸ ਪਾਰਟੀ ਨੂੰ ਫੁਟੇਜ ਨੂੰ ਚੈੱਕ ਕੀਤਾ ਔਰ ਚੈੱਕ ਕਰਨ 'ਤੇ ਉਹਦੀ ਫੋਟੋਗ੍ਰਾਫ ਤਿਆਰ ਕਰਵਾਈ ਔਰ ਉਹਨਾਂ ਦੀ ਜਿਹੜੀ ਸ਼ਨਾਖਤ ਜਿਹੜੀ ਹੈ ਸ਼ੱਕ ਦੇ ਆਧਾਰ 'ਤੇ ਕਿਉਂਕਿ ਉਸ ਟਾਈਮ ਘਟਨਾ ਦੇ ਟਾਈਮ 'ਤੇ ਉਹ ਜਿਹੜੇ ਬੰਦੇ ਦੀ ਜਿਹੜੀ ਹੈਗੀ ਆ ਉਹ ਫੁਟੇਜ ਦੇ ਵਿੱਚ ਜਿਹੜੀ ਫੋਟੋ ਆ ਰਹੀ ਸੀ ਕੈਮਰੇ ਦੇ ਵਿੱਚ ਤਾਂ ਸ਼ੱਕ ਦੇ ਆਧਾਰ 'ਤੇ ਅਸੀਂ ਉਹਦੀਆਂ ਫੋਟੋਆਂ ਤਿਆਰ ਕਰਾ ਕੇ ਆਲੇ ਦੁਆਲੇ ਦੇ ਥਾਣਿਆਂ ਵਿੱਚ ਔਰ ਟੋਹਾਣਾ ਕਸਬੇ ਵਿੱਚ ਸ਼ਨਾਖਤ ਲਈ ਭੇਜੀਆਂ ਜਿੱਥੋਂ ਸਾਨੂੰ ਜਿਹੜਾ ਉਹਨਾਂ ਦੀ ਸ਼ਨਾਖਤ ਜਿਹੜੀ ਹੈ ਹੋ ਗਈ ਔਰ ਪਤਾ ਲੱਗਿਆ ਕਿ ਨਾਮਵਰ ਜਿਹੜਾ ਹੈ ਅਮਿਤੂ ਤਾਂ ਇੱਕ ਨਾਮਵਰ ਗੈਂਗ ਦਾ ਮੈਂਬਰ ਹੈ ਜਿਹੜਾ ਲੁੱਟਾ ਖੋਹ ਦਾ ਕੰਮ ਕਰਦਾ ਹੈ ਅਤੇ ਇਹ ਤਿੰਨੋਂ ਜਿਹੜੇ ਦੂਸਰੇ ਦੋ ਨੌਂ ਦੇ ਸਾਥੀ ਨੇ ਜਿਹੜੇ ਕਿ ਢੋਣੇ ਦੇ ਨੇ ਉਸ 'ਤੇ ਅਮਿਤ ਕੁਮਾਰ ਰਤੂਤਾ ਸੁਨੀਲ ਕੁਮਾਰ ਚਿਕਨਾ ਅਤੇ ਸਾਗਰ ਪੁੱਤਰ ਜਿਹੜਾ ਹੈ ਤੀਰਥ ਟੋਹਾਣਾ ਕਲੋਨੀ ਦੇ ਵਿੱਚ ਰਹਿੰਦੇ ਨੇ ਇਹ ਤਿੰਨੋਂ ਜਿਹੜੇ ਇਸ ਮੁਕੱਦਮੇ ਦੇ ਵਿੱਚ ਸ਼ਾਮਲ ਹੋਣ ਪੈ ਗਏ ਇਸ ਘਟਨਾ ਨਾਲ ਜੁੜੇ ਹੋਏ ਸੀ ਤਾਂ ਇਹਨਾਂ ਨੂੰ ਇਸ ਮੁਕੱਦਮੇ ਜਿਹੜਾ ਹੈ ਦੌਰਾਨੇ ਤਫਤੀਸ਼ ਜਿਹੜਾ ਹੈ ਨਾਮਜ਼ਦ ਕੀਤਾ ਗਿਆ। ਸਾਰਾ ਮਾਮਲਾ ਮਾਨਯੋਗ SSP ਸਾਹਿਬ ਡਾਕਟਰ ਸੰਦੀਪ ਕੁਮਾਰ ਗਰਗ IPS ਸੰਗਰੂਰ ਦੇ ਧਿਆਨ 'ਚ ਲਿਆਂਦਾ ਉਹਨਾਂ ਦੇ ਦਿਸ਼ਾ ਨਿਰਦੇਸ਼ 'ਤੇ ਉਹਨਾਂ ਦੀ ਗਾਈਡਲਾਈਨ 'ਤੇ ਅਸੀਂ ਇਸ ਮੁਕੱਦਮੇ ਦੀ ਜਿਹੜੀ ਹੈ ਤਫਤੀਸ਼ ਸਾਇੰਟੀਫਿਕ ਤਰੀਕੇ ਨਾਲ ਕੀਤੀ। ਟੈਕਨੀਕਲ ਵਿੰਗ ਦਾ ਸਹਾਰਾ ਲਿਆ ਗਿਆ ਤਾਂ ਟੈਕਨੀਕਲ ਵਿੰਗ ਦੇ ਸਹਾਰੇ ਨਾਲ ਸਾਨੂੰ ਜਿਹੜਾ ਇਹਦੇ ਵਿੱਚ ਕਾਫੀ ਕਾਮਯਾਬੀ ਮਿਲੀ ਸਾਨੂੰ ਚੋਰਾਂ ਦਾ ਜਿਹੜਾ ਹੈ ਉਹ ਕਨਫਰਮ ਹੋ ਗਿਆ ਕਿ ਜਿਹੜਾ ਚੋਰਿੰਗ ਕਰਨ ਵਾਲੇ ਇਹ ਚੋਰ। ਉਸ ਤੋਂ ਬਾਅਦ ਪੁਲਿਸ ਪਾਰਟੀਆਂ ਬਣਾ ਕੇ ਅਸੀਂ ਰੇਡ ਵੀ ਕਰਵਾਏ ਇਹਨਾਂ ਬੰਦਿਆਂ ਦੇ ਪਾਣੀਪਤ ਵੀ ਰੇਡ ਕੀਤੇ ਟੋਹਾਣਾ ਵੀ ਰੇਡ ਕੀਤੇ ਸੱਚੋ ਗੁਰਮੀਤ ਸਿੰਘ ਨੇ ਉਹਦੀ ਪੁਲਿਸ ਪਾਰਟੀ ਨੇ 17 ਤਰੀਕ ਨੂੰ ਜੋ ਅਮਿਤ ਕੁਮਾਰ ਧੂਤਾ ਉਹਦੀ ਵਾਈਫ ਜਿਹੜੀ ਹੈ ਮਨਜੀਤ ਕੌਰ ਜਿਹੜੀ ਹਾਜ਼ਰ ਹੈ ਸਾਹਮਣੇ ਇਹਦੇ ਬਾਰੇ ਸਾਨੂੰ ਪਤਾ ਲੱਗਿਆ ਮਦਈਆਂ ਨੂੰ ਵੀ ਸਾਨੂੰ ਪਤਾ ਲੱਗਿਆ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਹੈ ਜੇ ਇਸ ਘਟਨਾ ਦੇ ਚੋਰੀ ਦੇ ਲੁੱਟੇ ਹੋਏ ਮਾਲ ਨੂੰ ਲੈ ਕੇ ਕਿਸੇ ਪਾਸੇ ਡਿਸਪੋਜ ਕਰਨ ਜਾ ਰਹੀ ਹੈ ਜਾਂ ਵੇਚਣ ਜਾ ਰਹੀ ਹੈ ਜਿਸ ਦੇ ਆਧਾਰ 'ਤੇ ਨਾਕਾਬੰਦੀਆਂ ਪਹਿਲਾਂ ਹੀ ਕੀਤੀਆਂ ਹੋਈਆਂ ਸੀਗੀਆਂ ਤਾਂ ASC ਮਿੱਠੂ ਜੀ ਨੇ ਅਤੇ ਸੱਚੋ ਗੋਬਿੰਦ ਸਿੰਘ ਨੇ ਨਾਲ ਜਿਹੜੀ ਸਾਨੂੰ ਸੈਕਟਰ ਦੀ ਤਰਣੀ ਦੌਰਾਨੇ ਨਾਕਾਬੰਦੀ ਇਹਨੂੰ ਕਾਬੂ ਕੀਤਾ ਟੋਣਾ ਰੋਡ ਤੋਂ ਤਾਂ ਇਹਨੂੰ ਪੁੱਛਗਿੱਛ ਕੀਤੀ ਜਾਂ ਇਹਨੇ ਸਾਰੀ ਗੱਲ ਜਿਹੜੀ ਹੈ ਇਹਨੇ ਮੰਨ ਲਈ ਮਨਜੀਤ ਕੌਰ ਨੇ ਔਰ ਇਹਨੇ ਦੌਰਾਨੇ ਪੁੱਛਗਿੱਛ ਜਿਹੜਾ ਹੈ ਇਹ ਲਗਭਗ 31 ਤੋਲੇ ਸੋਨਾ ਔਰ 70,500 ਰੁਪਇਆ ਜਿਹੜਾ ਕੈਸ਼ ਜੋ ਇਹਨੇ ਗਰੋਹ ਦੇ ਮੈਂਬਰਾਂ ਨੇ ਇਹਦੇ ਵਿੱਚ ਇਹ ਵੀ ਸ਼ਾਮਿਲ ਹੈ ਨੇ ਪੁਰਸ਼ੋਤਮ ਲਾਲ ਦੇ ਘਰੋਂ ਚੋਰੀ ਕੀਤਾ ਸੀ ਉਹ ਬਰਾਮਦ ਕਰਾਇਆ ਇਹਦਾ ਪੁਲਿਸ ਰਿਮਾਂਡ ਲਿਆ ਗਿਆ ਹੋਰ ਵੀ ਕੋਸ਼ਿਸ਼ ਕੀਤੀਆਂ ਨੇ ਤਾਂ ਇਹ ਮੁਲਕ SHO ਦੀ ਔਰ ਪੁਲਿਸ ਪਾਰਟੀ ਦੀ ਇਹ ਇੱਕ ਵੱਡੀ ਪ੍ਰਾਪਤੀ ਹੈ ਕਿਉਂਕਿ ਉਹਨਾਂ ਸ਼ਹਿਰ ਦੇ ਵਿੱਚ ਬਹੁਤ ਡਰ ਦਾ ਸਹਿਮ ਸੀ ਅਤੇ ਇਸ ਦੇ ਨਾਲ ਜਿਹੜੇ ਸ਼ਹਿਰ 'ਚ ਹੋਰ ਵੀ ਚੋਰੀਆਂ ਹੋਈਆਂ ਸੀ ਉਹਨਾਂ ਦਾ ਵੀ ਸਾਨੂੰ ਸਾਰਾ ਜਿਹੜਾ ਹੈ ਪਤਾ ਲੱਗਿਆ ਉਹ ਵੀ ਟਰੇਸ ਹੋ ਗਏ ਹੁਣ ਫਿਲਹਾਲ ਅਸੀਂ ਇੱਕ ਦੋਸ਼ੀ ਜਿਹੜਾ ਹੈ
ਦੋਸ਼ੀ ਜਿਹੜੀ ਮਨਜੀਤ ਕੌਰ ਇਹਨੂੰ ਗ੍ਰਿਫਤਾਰ ਕੀਤਾ। ਬਾਕੀ ਜਿਹੜੇ ਦੋਸ਼ੀ ਅਜੇ ਫਰਾਰ ਨੇ ਜਿਹਨਾਂ ਨੂੰ ਅਸੀਂ ਜਲਦੀ ਹੀ ਜਿਹੜਾ ਹੈ ਗ੍ਰਿਫਤਾਰ ਕਰਨਾ ਹੋਵੇ।